ਹਾਂਜੀ ਦੋਸਤੋ, ਗੁੱਡ ਮੋਰਨਿੰਗ। ਮੈਂ ਤੁਹਾਡਾ ਆਪਣਾ ਦੇਵਦਨ। ਸਤਿ ਸ਼੍ਰੀ ਅਕਾਲ ਆਦਾਬ। ਹੋਰ ਕਿਵੇਂ ਤੁਹਾਡੀ? ਠੀਕ ਠਾਕ ਹੋ ਸਾਰੇ ਜਣੇ? ਆਈ ਹੋਪ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਖੁਸ਼ ਤੰਦਰੁਸਤ ਹੋਵੋਗੇ। ਮੈਂ ਆ ਗਿਆ ਜੀ ਆਪਣੀ ਫੈਕਟਰੀ ਟੇਕ ਲਿਆ। ਪਿੱਛੇ ਬਾਬਾ ਜੀ ਦੇ ਮੱਥਾ ਹੈ, ਸਾਡੇ ਬਾਬਾ ਜੀ ਦੀ ਜਗ੍ਹਾ। ਅਤੇ ਹੁਣ ਮੈਂ ਸਵੇਰੇ ਸਵੇਰੇ ਪਹਿਲਾਂ ਤਾਂ ਲਾਈਟਾਂ ਬੰਦ ਕਰਨ ਦਿਆਂ। ਲਾਈਟਾਂ ਬੰਦ ਕਰਨ ਤੋਂ ਬਾਅਦ ਫਿਰ ਗਊ ਮਾਤਾ ਦਾ 25-30 ਬੱਲਬ ਹੁੰਦੇ ਰਾਤ ਚੱਲਦੇ ਇੱਥੇ। ਸੂਰਜ ਦੇਵਤਾ ਹੀ ਚੜ੍ਹ ਗਏ ਹੈ, ਦਰਸ਼ਨ ਕਰੋ ਸੂਰਜ ਦੇਵਤਾ ਦੇ। ਹਰਿਆਲੀ ਦੇਖ ਲਓ ਕਿੰਨੀ ਕੀਤੀ ਮੈਂ ਪਿੱਛੇ ਬੜੀ ਮਿਹਨਤ ਕਰਕੇ। ਚਲੋ ਗਊਆਂ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ ਸਵੇਰੇ ਸਵੇਰੇ। ਤੁਸੀਂ ਵੀ ਕਰੋ ਗਊ ਮਾਤਾ ਦੇ ਦਰਸ਼ਨ। ਗਊ ਮਾਤਾ ਦਰਸ਼ਨ ਤੋਂ ਬਾਅਦ ਆਪਣੀ ਕੰਮ ਕਾਰ ਚਾਲੂ ਕਰਦੇ ਹਾਂ। ਲਓ ਕਰੋ ਜੀ ਗਊ ਮਾਤਾ ਦੇ ਦਰਸ਼ਨ। ਆਹ ਛੋਟੀ ਗਊ ਮਾਤਾ ਸਾਡੀ ਅਤੇ ਇਹ ਵੱਡੀ ਗਊ ਮਾਤਾ। ਲੈ ਲੱਡੋ ਦੇ ਦੇ, ਸਾਰਿਆਂ ਨੂੰ ਆਸ਼ੀਰਵਾਦ ਦੇ ਦੇ, ਸਾਰਿਆਂ ਨੂੰ ਆਸ਼ੀਰਵਾਦ ਦੇ ਦੇ। ਦੇਖ ਲਓ ਤੁਹਾਨੂੰ ਆਵਾਜ਼ ਵੀ ਆ ਗਈ ਹੋਣੀ। ਚਲੋ ਸੋ ਗਾਇਸ, ਪੱਠੇ ਪੁੱਠੇ ਨੇ ਖਾ ਲਏ ਆ ਅਤੇ ਅੰਦਰ ਜਗ੍ਹਾ ਸਾਫ਼ ਆ, ਸਾਰਾ ਖੁੱਲੀਆਂ ਸਾਫ਼ ਹੈ। ਅਤੇ ਮੈਂ ਪਹਿਲਾਂ ਪੱਠੇ ਪੁੱਠੇ ਪਾ ਲਵਾਂ ਅਤੇ ਫਿਰ ਤੁਹਾਨੂੰ ਦੱਸਦਾ ਜੀ। ਹਾਂਜੀ ਲਓ ਜੀ ਦੋਸਤੋ, ਚਾਰਾਂ ਪਾ ਤਾ, ਪੇੜਾ ਪਾ ਤਾ, ਗਤਾਵਾ ਪਾ ਤਾ, ਚੋਕਰ ਪਾ ਤੀ ਪੱਠਿਆਂ 'ਚ। ਇਹਨਾਂ ਦਾ ਅਤੇ ਬੱਚੀ ਦਾ ਵੀ ਬਣਾ ਤਾ। ਤਾਂ ਹੁਣ ਅਸੀਂ ਪਸੀਨਾ ਪਸੀਨਾ ਦੇਖ ਲਓ ਕਿੰਨਾ ਪਸੀਨਾ ਆ। ਹੁਣ ਗਊ ਮਾਤਾ ਨੂੰ ਖੋਲ੍ਹੀਏ ਅਤੇ ਪਾਣੀ ਪਿਲਾਈਏ। ਪਾਣੀ ਪਿਲਾ ਕੇ ਅਤੇ ਅੰਦਰ ਬੰਨਾ ਇਹਨਾਂ ਨੂੰ, ਠੀਕ ਹੈ ਜੀ। ਹਾਂਜੀ ਪਾਣੀ ਪੀ ਰਹੀ ਹੈ। ਪਾਣੀ ਤੋਂ ਬਾਅਦ ਆਪਣੀ ਜਗ੍ਹਾ 'ਤੇ ਇਹਨਾਂ ਨੂੰ ਬਣਨਾ ਹੁੰਦਾ। ਅੱਛਾ ਹੈ ਤਾਂ ਸੁੱਖ ਹੈ ਇਹਨਾਂ ਦਾ, ਲਾ ਲਓ ਕਿ ਬਾਹਰ ਕਈ ਮਾਰਦੇ ਆ ਜੋ ਕੁਛ ਵੀ ਕਰਦੇ, ਅਸੀਂ ਬੰਨ ਕੇ ਰੱਖੀਆਂ, ਪੱਠਾ ਟਾਈਮ ਸਿਰ ਪਾਈਦਾ, ਸਭ ਕੁਝ ਪਾਈਦਾ, ਪਰ ਵੀ ਬੱਝਿਆ ਜਾਨਵਰ ਬੱਝੇ ਹੁੰਦਾ। ਜੇ ਇਹਨਾਂ ਨੇ ਆਪ ਖਾਣਾ ਪੀਣਾ ਅਤੇ ਜੇ ਇਹਨਾਂ ਨੂੰ ਟਾਈਮ ਨਾ ਪਾਉਣਾ ਅਸੀਂ, ਇਹਨੂੰ ਪਿਆਸ ਲੱਗੀ ਹੋਵੇ ਰਾਤ ਅਤੇ ਪਾਣੀ ਪਿਲਾਇਆ ਨਹੀਂ ਸਵੇਰੇ ਆ ਕੇ, ਇਹ ਵੀ ਬੜਾ ਕਸ਼ਟਦਾਇਕ ਆ। ਤਾਂ ਪਾਣੀ ਥੋੜ੍ਹਾ ਜਿਹਾ ਪੀਤਾ, ਉਹਦਾ ਮੂੰਹ ਲਾਇਆ ਨੇ ਅਤੇ ਹੁਣ ਕਾਹਲੀਆਂ ਪੱਠਿਆਂ ਨੂੰ। ਚਲੋ ਦਿਖਾਉਂਦਾ ਤੁਹਾਨੂੰ ਪੱਠਿਆਂ ਦੀ ਸਪੀਡ ਕੀ ਇਹਨਾਂ ਦੀ। ਆਹ ਦੇਖਿਆ ਜੀ ਸਪੀਡ, ਸਪੀਡ ਅਤੇ ਸਪੀਡ ਦੇਖੋ, ਸਪੀਡ ਉਹਦੀ ਵੀ ਦੇਖੋ, ਇਹਦੀ ਵੀ ਦੇਖੋ। ਸਭ ਦਿਖਾਉਂਦਾ ਤੁਹਾਨੂੰ ਅੱਗੇ। ਲਓ ਜੀ ਮੰਮੀ ਆ ਗਏ ਅਤੇ ਹੁਣ ਪਤਾ ਲੱਗਣਾ ਵਾ ਇਹਨੂੰ ਬੱਚੀ ਨੂੰ। ਸਪੀਡ ਦੇਖੋ ਹੁਣ ਇਹਦੀ, ਸਪੀਡ ਦੇਖੋ ਇਹਦੀ, ਇਹਦੇ ਜ਼ੋਰ, ਹਾਂ ਜ਼ੋਰ ਦੇਖ। ਦੇਖੋ ਜ਼ੋਰ ਇਹਦਾ, ਦੇਖ ਹੈ ਤੂੰ ਇਹਦੇ ਜ਼ੋਰ ਦਾ ਤੋ। ਜ਼ੋਰ
ਜੋਰ ਇਹਦਾ ਦੇਖੋ। ਚਲੋ ਬਾਕੀ ਤੁਹਾਨੂੰ ਦੁਕਾਨਾਂ 'ਚ ਧਾਰ ਚੋਣ ਲੱਗੇ। ਆਹ ਜਿਹੜਾ ਚੋਕਰ ਅਸੀਂ ਬਣਾਇਆ ਸੀਗਾ ਉਹ ਇਹਨੂੰ ਪਹਿਲਾਂ ਪਾਈਦਾ, ਪਹਿਲਾਂ ਤਾਂ ਜਿਹੜਾ ਛਿੜਕਾ ਦੀਦਾ ਪਾ ਦੇਈਦਾ ਪੱਟੀ ਉੱਪਰ ਵੱਖਰਾ, ਅਤੇ ਧਾਰ ਚੋਣ ਲੱਗੀ ਇਹਨੂੰ ਵੰਡ ਇਹ ਵੱਖਰਾ ਪਾਈਦਾ ਇਹਨੂੰ ਡੱਬੇ 'ਚ ਆਰਾਮ ਨਾਲ ਗਾਉਂਦੀ ਹੈ, ਬਾਕੀ ਵੀ ਪੱਠੇ ਗਾਉਂਦੀ ਹੈ ਆਪਣਾ ਆਪਣਾ ਮੰਮੀ ਧਾਰ ਚੋਣ ਲੱਗੀ ਹੈ। ਇਹਨੂੰ ਗਾਲੀ ਪੈਣ ਦੇ ਹੈ ਕਿ ਮੈਨੂੰ ਦੁਬਾਰਾ ਛੱਡੋ, ਇਹ ਲੱਡੂਆ ਦੇ ਆ ਦੇ ਸੋ ਗਾਇਸ ਤੁਹਾਨੂੰ ਸਭ ਨੂੰ ਫਿਰ ਤੋਂ ਵੀ ਸਵੇਰੇ ਜਲਦੀ ਉੱਠਿਆ ਕਰੋ, ਟਾਈਮ ਨਾਲ ਉੱਠ ਕੇ ਘਰ ਦੇ ਕੰਮ ਕਰਿਆ ਕਰੋ, ਸੈਰ ਕਰਿਆ ਕਰੋ, ਐਕਸਰਸਾਈਜ਼ ਕਰਿਆ ਕਰੋ, ਨਹੀਂ ਤਾਂ ਘਰ ਦਾ ਕੰਮ ਪਸੀਨਾ ਸਰ ਦੇਖ ਲਓ ਇੰਨਾ ਕੁ ਪਸੀਨਾ ਨਿਕਲਦੇ ਥੋੜ੍ਹਾ ਬਹੁਤ ਤਾਂ ਫਰਕ ਪੈਂਦਾ ਜੀ ਸਰੀਰ ਨੂੰ, ਜੇ ਬਹੁਤਾ ਨਹੀਂ ਪਊਗਾ ਥੋੜ੍ਹਾ ਬਹੁਤ ਤਾਂ ਪਊਗਾ। ਇਸ ਕਰਕੇ ਸਭ ਨੂੰ ਪੀ ਲਾ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਿਆ ਕਰੋ। ਅਤੇ ਮੰਮੀ ਮੇਰੀ ਵਾਰੀ ਤੋਂ ਬਾਅਦ ਸੋ ਤੁਹਾਨੂੰ ਬਲੌਗ ਮੇਰੇ ਚੰਗੇ ਲੱਗਦੇ ਆ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ। ਬਹੁਤ ਬਹੁਤ ਧੰਨਵਾਦ, ਸਬਸਕ੍ਰਾਈਬਰ ਬਣਾ ਦਿਓ ਮੇਰੇ, ਤੁਹਾਨੂੰ ਵੀਰ ਵਾਰ ਵਾਰ ਕਰ ਰਿਹਾ, ਅਤੇ ਕਮੈਂਟ ਕਮੁੰਟ ਕਰਿਆ ਕਰੋ, ਕੋਈ ਮਾੜੀ ਚੰਗੀ ਲੱਗਦੀ ਹੈ ਜੇ ਤੁਹਾਨੂੰ ਵੀਡੀਓ ਦੇ ਵਿੱਚ ਚੇਂਜਿੰਗ ਕਰੀਏ ਜਾਂ ਕੁਛ ਕਰੀਏ ਦੱਸਿਆ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ। ਜੈ ਭਾਰਤ, ਜੈ ਪੰਜਾਬ, ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ, ਜੈ ਹਿੰਦ।